ਇੱਕ ਬਾਬਾ ਗੁਰਪ੍ਰੀਤ USA ਜੋ ਆਪਣੇ ਆਪ ਨੂੰ ਕਹਿੰਦਾ, ਉਹ ਮਸੀਹ ਭਾਈਚਾਰੇ ਨੂੰ ਗੰਦ ਦੱਸ ਰਿਹਾ ਵਾ, ਉਹ ਮਸੀਹ ਭਾਈਚਾਰੇ ਨੂੰ ਕੂੜਾ ਕਰਕਟ ਦੱਸ ਰਿਹਾ ਵਾ, ਉਹ ਕਹਿ ਰਿਹਾ ਵੀ ਮਸੀਹ ਭਾਈਚਾਰੇ ਨੂੰ ਅਸੀਂ ਪੰਜਾਬ 'ਚ ਨਹੀਂ ਰਹਿਣ ਦੇਵਾਂਗੇ। ਨਾ ਇਹਨਾਂ ਨੂੰ ਕ੍ਰਿਸਚਨ ਮੰਨਦੇ, ਇਹ ਤੇ ਗੰਦਾ ਇੱਕ ਕਲਟ ਜਿਹਾ ਜਿਵੇਂ ਕੁਗਾਈ ਕਰਕੇ ਇੱਧਰ ਭੇਜਣਾ ਲੋਕਾਂ ਨੇ। ਉਹ ਇਹ ਵੀ ਕਹਿ ਰਿਹਾ ਵੀ ਪਾਕਿਸਤਾਨ ਵਾਲੇ ਸਾਡੇ ਭਰਾ ਨੇ, ਅਸੀਂ ਇਹਨਾਂ ਦਾ ਨਾਲ ਮਿਲ ਕੇ ਕੰਮ ਕਰਾਂਗੇ। ਸ਼ੁਰੂਆਤ ਅਸੀਂ ਇਹਨਾਂ ਤੋਂ ਕਰਦੇ ਪਏ ਹਾਂ, ਆਉਣਾ ਸੀ ਮੁਸਲਮਾਨਾਂ ਵੱਲ ਵੀ ਹੈ ਜਿਹੜਾ ਇਹ ਫਰੋਡ ਕਰਦੇ ਪਏ ਸਾਡੇ ਨਾਲ, ਉਹ ਇੱਕ ਅਲੱਗ ਪ੍ਰੈਸ ਕਾਨਫਰੰਸ ਕਰਾਂਗੇ। ਇਹ ਵਿਸ਼ਾ ਉਸ ਤੋਂ ਜ਼ਿਆਦਾ ਖਤਰਨਾਕ ਜਿਹਦੇ ਅਸੀਂ 30 ਸਾਲ ਤੋਂ ਲੜਦੇ ਪਏ ਹਾਂ, ਤੇ ਦੂਜਾ ਜਿਹੜਾ ਸਾਡੀ ਸਾਂਝ ਪਾਕਿਸਤਾਨ ਨਾਲ। ਮੈਂ ਤੇ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੇਰੀ ਤਾਂ ਸ਼ਕਲ ਵਜਾ ਕਿਸੇ ਨੇ ਕਦੀ ਦੇਖੀ ਨਹੀਂ ਆ, ਜਿਹਨੂੰ ਜਿਹਦੇ ਘਰ ਦੇ ਨਹੀਂ ਚੱਲਦੇ ਉਹ ਆ ਕੇ ਤੇ ਮਸੀਹ ਭਾਈਚਾਰੇ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ। ਇਕੱਲੇ ਸਿੱਖਾਂ ਕ੍ਰਿਸਚਨਸ ਬਾਰੇ ਨਹੀਂ ਬੋਲ ਰਿਹਾ, ਮੁਸਲਮਾਨ ਭਾਈਚਾਰੇ ਬਾਰੇ ਨਹੀਂ ਬੋਲ ਰਿਹਾ, ਉਹ ਸਿੱਖਾਂ ਬਾਰੇ ਵੀ ਬੋਲ ਰਿਹਾ ਵਾ, ਉਹ SGPC ਨੂੰ ਵੀ ਟਾਰਗੇਟ ਕਰ ਰਿਹਾ ਕਿ ਸਾਡੇ ਨਾਲ ਇਹ ਰੋਲਾ ਵੀ ਸਾਡੇ ਕੋਲ ਪੈਸੇ ਮੰਗਦੇ ਆ। ਇਹਦੇ ਨਾਲ ਇੱਕ ਲੁਧਿਆਣੇ ਤੋਂ ਬੰਦਾ ਹੈਗਾ ਸੀ, ਇਹਨਾਂ ਨੇ 10 ਕਰੋੜ ਰੁਪਇਆ ਸਾਡੇ ਕੋਲ ਮੰਗਿਆ ਸੀ। ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਬਲੈਕਮੇਲ ਕਰਨਾ ਬੰਦ ਕਰ ਦਿਆਂਗੇ, ਸਾਨੂੰ 10 ਕਰੋੜ ਰੁਪਇਆ ਦਵੋ ਔਰ 10 ਕਿੱਲੇ ਜ਼ਮੀਨ ਲੈ ਕੇ ਦਵੋ। ਪਰ ਜ਼ਮਾਨਤ ਤਾਂ ਇਹਨਾਂ ਨੂੰ ਮਿਲੀ ਸੀ ਕੋਰਟ ਵੱਲੋਂ, ਕੋਰਟ ਨੇ ਕਿਹਾ ਸੀ ਵੀ ਤੂੰ ਕ੍ਰਿਸਚਨ ਭਾਈਚਾਰੇ ਦੇ ਖਿਲਾਫ਼ ਨਹੀਂ ਬੋਲਣਾ, ਤਾਂ ਜ਼ਮਾਨਤ ਦਿੱਤੀ ਸੀ। ਉਹਦੇ ਔਰਡਰ ਵੀ ਸਾਡੇ ਕੋਲ ਪਏ, ਹੁਣ ਅਸੀਂ ਉਹ ਕੋਰਟ 'ਚ ਜਾ ਕੇ, ਮੇਰੇ ਨਾਲ ਵਕੀਲ ਸਾਹਿਬ ਸਾਡੇ ਖੜ੍ਹੇ ਨੇ, ਅਸੀਂ ਉਹ ਇਹਨਾਂ ਦੀ ਉਹ ਲਾ ਕੇ ਕੋਰਟ ਦੇ ਵਿੱਚ ਜ਼ਮਾਨਤ ਵੀ ਕੈਂਸਲ ਕਰਵਾਵਾਂਗੇ, ਔਰ ਇਹਨੂੰ ਜਿਹੜੀ ਇੱਥੇ ਬਣਦੀ ਕਾਨੂੰਨੀ ਕਾਰਵਾਈ ਹੈਗੀ ਆ ਉਹ ਵੀ ਕਰਵਾਵਾਂਗੇ, ਇਹਨਾਂ ਨੂੰ ਹੁਣ ਮਾਫ਼ ਨਹੀਂ ਕੀਤਾ ਜਾਏਗਾ। ਫਿਲਹਾਲ ਈਸਾਈ ਭਾਈਚਾਰਾ ਜਿਹੜਾ ਹੈ, ਮਸੀਹ ਭਾਈਚਾਰਾ, ਉਹ ਆਪਣੇ ਆਪ ਫਿਲਹਾਲ ਇੱਕ ਵਿਰੋਧ ਆਤਮਕ ਤਰੀਕੇ ਦੇ ਨਾਲ ਉੱਭਰਦਾ ਸਾਹਮਣੇ ਆ ਰਿਹਾ, ਖਾਸ ਕਰਕੇ ਕੱਲ੍ਹ ਲੰਘੇ ਕੱਲ੍ਹ ਦੀ ਹੋਈ ਇੱਕ ਪ੍ਰੈਸ ਕਾਨਫਰੰਸ ਤੋਂ ਬਾਅਦ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਆ ਔਰ ਉਸ ਪ੍ਰੈਸ ਕਾਨਫਰੰਸ ਨੇ ਇੰਨਾ ਤਹਿਲਕਾ ਮਚਾ ਦਿੱਤਾ, ਆਖਿਰਕਾਰ ਗੱਲ ਸਾਰੀ ਹੋਈ ਕੀ ਹੈ? ਸਾਡੇ ਨਾਲ ਗੌਰਵ ਮਸੀਹ ਇਸ ਵੇਲੇ ਮੌਜੂਦ ਨੇ ਭਾਈ ਸਾਹਿਬ। ਸਭ ਤੋਂ ਪਹਿਲਾਂ ਕਾਰਨ ਕੀ ਹੈ, CP ਦਫ਼ਤਰ ਤੋਂ ਬਾਹਰ ਆ ਰਹੇ ਹੋ, ਕੀ ਮਸਲਾ ਹੋਇਆ ਸਾਰਾ? ਸਰ ਮੇਰੇ ਵੱਲੋਂ JMC ਦੀ, ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ, ਕੱਲ੍ਹ ਜੋ ਦਿਨ ਬੀਤ ਗਿਆ, ਇੱਕ ਬਾਬਾ ਗੁਰਪ੍ਰੀਤ USA ਜੋ ਆਪਣੇ ਆਪ ਨੂੰ ਕਹਿੰਦਾ, ਉਹ ਮਸੀਹ ਭਾਈਚਾਰੇ ਨੂੰ ਗੰਦ ਦੱਸ ਰਿਹਾ ਵਾ, ਉਹ ਮਸੀਹ ਭਾਈਚਾਰੇ ਨੂੰ ਕੂੜਾ ਕਰਕਟ ਦੱਸ ਰਿਹਾ ਵਾ, ਉਹ ਕਹਿ ਰਿਹਾ ਵੀ ਮਸੀਹ ਭਾਈਚਾਰੇ ਨੂੰ ਅਸੀਂ ਪੰਜਾਬ 'ਚ ਨਹੀਂ ਰਹਿਣ ਦੇਵਾਂਗੇ। ਔਰ ਉਹ ਇੱਥੇ ਬਸ ਨਹੀਂ, ਉਹ ਇਹ ਵੀ ਕਹਿ ਰਿਹਾ ਵੀ ਪਾਕਿਸਤਾਨ ਵਾਲੇ ਸਾਡੇ ਭਰਾ ਨੇ, ਅਸੀਂ ਇਹਨਾਂ ਦਾ ਨਾਲ ਮਿਲ ਕੇ ਕੰਮ ਕਰਾਂਗੇ। ਮੈਂ ਸਮਝਦਾ ਵੀ ਇਹ ਜਿਹੜੇ ਲੋਕ ਨੇ, ਇਹ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਉਹਨਾਂ ਦੇ ਲੋਕ ਨੇ, ਇਹ ਪੰਜਾਬ ਦੀ ਅਖੰਡਤਾ ਨੂੰ, ਭਾਰਤ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ, ਇਹ ਉਹਨਾਂ ਨੂੰ ਢਾਲ ਲਾਉਣਾ ਚਾਹੁੰਦੇ ਨੇ, ਆਪਸੀ ਭਾਈਚਾਰਕ ਸਾਂਝ ਖਰਾਬ ਕਰਨਾ ਚਾਹੁੰਦੇ ਨੇ, ਮਗਰ ਇਹਨਾਂ ਦੀ ਮੰਸ਼ਾ ਜਿਹੜੀ ਅਸੀਂ ਪੂਰੀ ਹੋਣ ਨਹੀਂ ਦੇਵਾਂਗੇ। ਮੈਂ ਦੱਸਣਾ ਚਾਹੁੰਦਾ ਵੀ ਸਾਡੇ ਜਿਹੜੇ ਸਿੱਖ ਨੇ ਸਾਡੇ ਵੱਡੇ ਭਰਾ ਨੇ, ਅਸੀਂ ਸਾਡੇ ਉਹਨਾਂ ਨਾਲ ਮਰਨ ਜੀਨ ਸਾਂਝਾ ਵਾ, ਉਹ ਸਾਡੀ ਖੁਸ਼ੀ ਗਮ 'ਤੇ ਸ਼ਰੀਕ ਹੁੰਦੇ ਨੇ, ਅਸੀਂ ਉਹਨਾਂ ਦੀ ਖੁਸ਼ੀ ਗਮ 'ਤੇ ਸ਼ਰੀਕ ਹੁੰਦੇ, ਸਾਡੇ ਵਪਾਰ ਸਾਂਝੇ ਨੇ, ਹਿੰਦੂ ਭਾਈਚਾਰੇ ਵਾਲੇ ਸਾਡੇ ਭਰਾ ਨੇ, ਅਸੀਂ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਦੇ ਹਾਂ। ਇੱਦਾਂ ਦੇ ਜਿਹੜੇ ਲੋਕ ਨੇ, ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਔਰ ਕੁਝ ਚੈਨਲ ਵੀ ਇਹਨਾਂ ਦੇ ਨਾਲ ਰਲੇ ਨੇ। ਅਸੀਂ ਮੇਰੇ ਅੱਜ ਵਕੀਲ ਸਾਹਿਬ ਨਾਲ ਆਏ ਨੇ, ਅਸੀਂ ਇਹਨਾਂ ਨੂੰ ਨੋਟਿਸ ਕਰ ਰਹੇ ਹਾਂ ਉਹ ਚੈਨਲਾਂ ਨੂੰ, ਔਰ ਬਹੁਤ ਜਲਦੀ ਉਹਨਾਂ ਦੇ ਚੈਨਲ ਵੀ ਬੰਦ ਕੀਤੇ ਜਾਣਗੇ, ਕਿਉਂਕਿ ਉਹਨਾਂ ਨੇ ਵੀ ਜੋ ਮਸੀਹ ਭਾਈਚਾਰੇ ਦੇ ਪ੍ਰਚਾਰਕ ਨੇ ਉਹਨਾਂ ਦੇ ਬਾਰੇ ਮੰਦੀ ਸ਼ਬਦਾਵਲੀ ਵਰਤੀ ਆ, ਨਾ ਹੀ ਸਾਡਾ ਵਰਸ਼ਨ ਲਿਆ ਵਾ, ਵਰਸ਼ਨ ਲੈਣ ਤੋਂ ਬਗੈਰ ਹੀ ਖਬਰਾਂ ਲਾਤੀਆਂ, ਔਰ ਸਾਡੇ ਲੋਕਾਂ ਨੂੰ ਅਖੋਤੀ ਦੱਸਦੇ, ਇਹ ਖੁਦ ਆਪ ਅਖੋਤੀ ਨੇ। ਮੈਂ ਤੇ ਬਾਬੇ ਨੂੰ ਕਹਿਣਾ ਚਾਹੁੰਦਾ ਵੀ ਤੇਰੀ ਤਾਂ ਸ਼ਕਲ ਵਜਾ ਕਿਸੇ ਨੇ ਕਦੀ ਦੇਖੀ ਨਹੀਂ ਆ, ਜਿਹਨੂੰ ਜਿਹਦੇ ਘਰ ਦੇ ਨਹੀਂ ਚੱਲਦੇ ਉਹ ਆ ਕੇ ਤੇ ਮਸੀਹ ਭਾਈਚਾਰੇ ਦੇ ਖਿਲਾਫ਼ ਬੋਲਣਾ ਸ਼ੁਰੂ ਕਰ ਦਿੰਦਾ। ਦੇਖੋ ਵੀ ਇੱਕ ਇਹ ਬੰਦਾ ਵਿਜ਼ਟਰ ਵੀਜ਼ੇ ਦੇ ਕਹਿੰਦੇ ਆਇਆ ਵਾ, ਵਿਜ਼ਟਰ ਵੀਜ਼ੇ ਤੇ ਆ ਕੇ ਕਿੱਦਾਂ ਇਹ ਬੋਲ ਸਕਦਾ ਵਾ? ਅਸੀਂ ਜਿਹੜਾ ਵਾ ਸਾਰੇ ਬੰਨੇ ਮੇਲ ਕਰਕੇ, ਅਸੀਂ ਮੈਸੇਜ ਮੇਲ ਕਰਕੇ ਇਹਦਾ ਪਾਸਪੋਰਟ ਵੀ ਕੈਂਸਲ ਕਰਵਾਵਾਂਗੇ, ਇੱਥੇ ਬਣਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੋ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ। ਅਸੀਂ ਇਹਦੀ ਜਿਹੜੀ ਆ ਮੰਸ਼ਾ ਪੂਰੀ ਨਹੀਂ ਹੋਣ ਦੇਵਾਂਗੇ, ਔਰ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ CM ਸਾਹਿਬ ਨੂੰ ਔਰ DGP ਸਾਹਿਬ ਨੂੰ ਵੀ ਇਹੋ ਜਿਹੇ ਬੰਦਿਆਂ 'ਤੇ ਨੱਥ ਪਾਈ ਜਾਵੇ, ਕਿਉਂਕਿ ਇਹ ਜਿਹੜੇ ਲੋਕ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇੱਕ ਦੋ ਚੀਜ਼ਾਂ ਤੁਸੀਂ ਦੱਸੀਆਂ ਨੇ ਕੀ ਬੋਲੇ, ਪਰ ਵਿਸਥਾਰਪੂਰਵਕ ਮੈਂ ਜਾਣਨਾ ਚਾਹੁੰਦਾ ਕਿ ਆਖਿਰਕਾਰ ਇੱਦਾਂ ਦੀਆਂ ਚੀਜ਼ਾਂ ਹੋਈਆਂ, ਕਿਹੜੀਆਂ ਚੀਜ਼ਾਂ ਨੇ ਟ੍ਰਿਗਰ ਕੀਤਾ, ਕਿਹੜੀਆਂ ਗੱਲਾਂ ਹੋਈਆਂ? ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਮੈਂ ਸਬੂਤ ਦੇ ਨਾਲ
ਗੱਲ ਕਰ ਰਿਹਾ ਹਾਂ, ਮੈਂ ਕੋਈ ਤੁਹਾਡੇ ਨਾਲ ਕੋਈ ਇੱਦਾਂ ਦੀ ਗੱਲ ਨਹੀਂ ਕਰਨਾ, ਔਨ ਰਿਕਾਰਡ ਗੱਲ ਕਰ ਰਿਹਾ। ਦੇਖੋ ਤੁਸੀਂ ਆਪ ਸੁਣ ਲਓ ਵੀ ਇਹ ਬੰਦਾ ਕੀ ਕਹਿ ਰਿਹਾ। ਕਿਸੇ ਨੇ ਕਾਲ ਤੱਕ ਨਹੀਂ ਕੀਤੀ ਕਿਉਂਕਿ ਇਹਨਾਂ ਨੂੰ ਕੋਈ ਰੈਕਗਨਾਈਜ਼ ਨਹੀਂ ਕਰਦਾ ਬਾਹਰ, ਨਾ ਤੇ ਇਹਨਾਂ ਨੂੰ ਕੁਐਸਚਨ ਮੰਨਦੇ ਨੇ। ਇਹ ਤੇ ਗੰਦਾ ਇੱਕ ਕਲਟ ਜਿਹਾ ਹੈ ਜਿਹੜਾ ਜਿਵੇਂ ਕੂੜਾ ਕੱਢ ਕੇ ਇੱਧਰ ਭੇਜਣਾ ਲੋਕਾਂ ਨੇ। ਦੇਖੋ ਇਹ ਮਸੀਹ ਭਾਈਚਾਰੇ ਨੂੰ ਕੂੜਾ ਕਹਿ ਰਿਹਾ ਵਾ, ਮਸੀਹ ਭਾਈਚਾਰੇ ਨੂੰ ਗੰਦ ਕਹਿ ਰਿਹਾ ਵਾ, ਉਹ ਇੱਥੇ ਬਸ ਨਹੀਂ ਆ, ਇਹ ਇਕੱਲਾ ਸਾਨੂੰ ਟਾਰਗੇਟ ਨਹੀਂ ਕਰ ਰਿਹਾ, ਇਹ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰ ਰਿਹਾ। ਉਹ ਚ ਕਹਿ ਰਿਹਾ ਵੀ ਸਾਡੇ ਪਾਕਿਸਤਾਨ ਨਾਲ ਲਿੰਕ ਹੈ, ਤੁਸੀਂ ਉਹ ਵੀ ਵੀਡੀਓ ਸੁਣੋ ਜ਼ਰੂਰ। ਉਹ ਸਿੱਖਾਂ ਦੀ ਕੁੜੀ ਨੂੰ ਗਿਆ ਉਹਨੇ, ਹੈ ਮੁਸਲਮਾਨ ਪਾਕਿਸਤਾਨੀ, ਸ਼ੁਰੂਆਤ ਅਸੀਂ ਇਹਨਾਂ ਤੋਂ ਕਰਦੇ ਪਏ ਹਾਂ, ਅਸੀਂ ਇੱਧਰ ਵੀ ਹੈ ਆਉਣਾ ਸੀ ਮੁਸਲਮਾਨਾਂ ਵੱਲ ਵੀ ਹੈ ਜਿਹੜਾ ਇਹ ਫਰੋਡ ਕਰਦੇ ਪਏ ਸਾਡੇ ਨਾਲ। ਉਹ ਇੱਕ ਅਲੱਗ ਪ੍ਰੈਸ ਕਾਨਫਰੰਸ ਕਰਾਂਗੇ, ਇਹ ਵਿਸ਼ਾ ਉਹ ਤੋਂ ਜ਼ਿਆਦਾ ਖਤਰਨਾਕ ਜਿੱਥੇ ਅਸੀਂ 30 ਸਾਲ ਤੋਂ ਲੜਦੇ ਪਏ ਹਾਂ। ਅੱਜ ਜਾ ਕੇ ਲੋਕਾਂ ਨੂੰ ਸੋਝੀ ਆਈ ਹੈ ਕਿ ਯਾਰ ਇਹ ਕੁਛ ਹੋ ਰਿਹਾ, ਕੋਈ ਸਾਡਾ ਪ੍ਰਚਾਰਕ ਜਿਹੜਾ ਸਟੇਜ ਤੇ ਬੈਠ ਜਾਂਦਾ ਬੋਲਦਾ ਨਹੀਂ ਹੈ, ਤੇ ਦੂਜਾ ਜਿਹੜਾ ਸਾਡੀ ਸਾਂਝ ਪਾਕਿਸਤਾਨ ਨਾਲ ਹੈ। ਦੇਖੋ ਸੁਣਿਆ ਉਹਨੇ ਕਿਹਾ ਵੀ ਪਾਕਿਸਤਾਨ ਨਾਲ ਸਾਡੀ ਸਾਂਝ ਆ, ਪਾਕਿਸਤਾਨ ਵਾਲੇ ਸਾਡੇ ਭਰਾ ਨੇ, ਉਹ ਇਕੱਲੇ ਸਿੱਖਾਂ ਕ੍ਰਿਸਚਨਸ ਬਾਰੇ ਨਹੀਂ ਬੋਲ ਰਿਹਾ, ਮੁਸਲਮਾਨ ਭਾਈਚਾਰੇ ਬਾਰੇ ਨਹੀਂ ਬੋਲ ਰਿਹਾ, ਉਹ ਸਿੱਖਾਂ ਬਾਰੇ ਵੀ ਬੋਲ ਰਿਹਾ ਵਾ, ਉਹ SGPC ਨੂੰ ਵੀ ਟਾਰਗੇਟ ਕਰ ਰਿਹਾ। ਮੈਂ ਸਮਝਦਾ ਵੀ ਇਹ ਜਿਹੜੇ ਲੋਕ ਨੇ ਇਹ ਪਲਾਂਟ ਕੀਤੇ ਜਾਂਦੇ ਨੇ ਦੇਸ਼ ਵਿਰੋਧੀ ਤਾਕਤਾਂ ਵੱਲੋਂ ਔਰ ਏਜੰਸੀਆਂ ਵੱਲੋਂ, ਇਹ ਜਿਹੜਾ ਮਾਹੌਲ ਜਿਹੜਾ ਵਾ ਇਹ ਭਾਈਚਾਰਕ ਸਾਂਝ ਜਿਹੜੀ ਹੈਗੀ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ, ਪੰਜਾਬ ਦਾ ਮਾਹੌਲ ਪੂਰੇ ਹਿੰਦੁਸਤਾਨ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਮੈਂ ਸਾਡੇ ਜਿਹੜੇ PM ਮੋਦੀ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਨਾਂ 'ਤੇ ਜਿਹੜੀ ਆ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੰਦਰ ਤੁਸੀਂ ਜਾ ਕੇ ਆਏ ਹੋ, ਅਫੀਸ਼ਲਸ ਨੂੰ ਮਿਲ ਕੇ ਵੀ ਆਏ ਹੋ, ਕੀ ਮੰਗ ਕੀਤੀ ਹੈ, ਮੰਗ ਪੱਤਰ ਕੀ ਜੀ? ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹਨਾਂ 'ਤੇ ਜਿਹੜੀ ਆ ਸ਼ਾਮ ਤੱਕ ਸਾਨੂੰ FIR ਕਰਕੇ ਦਿੱਤੀ ਜਾਵੇ, ਨਹੀਂ ਤਾਂ ਜਿਹੜਾ ਸਾਡਾ ਸੰਘਰਸ਼ ਜਿਹੜਾ ਵਾ ਉਹਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਉਣ ਵਾਲੇ ਸਮੇਂ 'ਚ ਫਿਰ ਮਸੀਹ ਭਾਈਚਾਰਾ ਜਿਹੜਾ ਵਾ ਵੱਡੀ ਇੱਕ ਪ੍ਰੈਸ ਕਾਨਫਰੰਸ ਕਰਕੇ ਔਰ ਇੱਕ ਵੱਡਾ ਧਰਨਾ ਲਿਖੇਗਾ। ਅੱਛਾ, ਲੰਘੇ ਕੱਲ੍ਹ ਇੱਕ ਕਾਨਫਰੰਸ ਹੋਈ ਸੀ, ਉਸ ਵਿੱਚ ਬਨੀਤ ਕੌਰ ਵੀ ਸ਼ਾਮਿਲ ਸੀਗੀ, ਉਹਨੇ ਵੀ ਕਾਫੀ ਨਿਸ਼ਾਨੇ ਸਾਧੇ ਨੇ, ਉਹ ਸਾਰਾ ਐਪੀਸੋਡ ਦੁਬਾਰਾ ਦੱਸਿਓ ਕਿ ਪਹਿਲਾਂ ਵੀ ਇੱਕ ਵਾਰ ਪੇਚਾ ਤੁਹਾਡਾ ਪੈ ਚੁੱਕਿਆ। ਦੇਖੋ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ ਆ, ਕੋਈ ਦਿਲੋਂ ਅਸੀਂ ਕਿਸੇ ਨੂੰ ਸਾਡੀ ਕੋਈ ਕਿਸੇ ਦੁਸ਼ਮਣੀ ਨਹੀਂ ਆ। ਦੇਖੋ ਉਹ ਜਿਹੜੀ ਉਹ ਬਨੀਤ ਕੌਰ ਹੈਗੀ, ਮੈਂ ਸਮਝਦਾ ਵੀ ਉਹ ਡਿਪਰੈਸ਼ਨ ਦੀ ਮਰੀਜ਼ ਹੈ, ਉਹ ਕਦੀ ਤਾਂ ਕਹਿ ਦਿੰਦੀ ਆ ਵੀ ਮੈਂ ਕ੍ਰਿਸਚਨ ਆ, ਤੁਸੀਂ ਖੁਦ ਉਹਦੀਆਂ ਬਾਲਟੀਆਂ ਲਈਆਂ ਤੁਸੀਂ, ਉਹਨੇ ਕਿਹਾ ਵੀ ਮੈਂ ਕ੍ਰਿਸਚਨ ਭਾਈਚਾਰੇ ਦੀ ਹਾਂ, ਮੈਂ ਪ੍ਰਭੂ ਯਿਸੂ ਮਸੀਹ ਨੂੰ ਮੰਨਦੀ ਹਾਂ, ਆਪਣੇ ਆਪ ਨੂੰ ਪਾਸਟਰ ਵੀ ਦੱਸਦੀ ਸੀ, ਬਾਅਦ ਦੇ ਵਿੱਚੋਂ ਕਹਿਣ ਲੱਗ ਪਈ ਮੈਂ ਹਿੰਦੂ ਭਾਈਚਾਰੇ ਚੱਲ ਗਈ, ਮੈਂ ਸ਼ਿਵ ਸੈਨਾ ਜੁਆਇਨ ਕਰ ਲਈ, ਫਿਰ ਹੁਣ ਕਹਿੰਦੀ ਮੈਂ ਸਿੱਖ ਹਾਂ, ਮੈਨੂੰ ਸਿੱਖ ਕਹੋ, ਫਿਰ ਕੱਲ੍ਹ ਨੂੰ ਕਹੇਗੀ ਮੈਂ ਮੁਸਲਮਾਨ ਹਾਂ। ਸੋ ਇਹ ਜਿਹੜਾ ਸਾਰਾ ਬੰਦਾ ਜਿਹੜਾ ਪਲਾਂਟ ਕੀਤਾ ਵਾ, ਇਹ ਸਾਰੀ ਜਿਹੜੀ ਸ਼ਰਾਰਤ ਹੈਗੀ ਆ, ਇਹ ਕਿਤੇ ਨਾ ਕਿਤੇ ਇਹਦੀ ਵਨੀਤ ਕੌਰ ਦੀ ਆਪਣੇ ਚਰਚ ਨਾਲ ਕੀ ਰੌਲਾ ਉਹਨਾਂ ਦਾ, ਖਾਸ ਕਰਕੇ ਅੰਕੁਰ ਨਰੂਲਾ ਜੀ ਨਾਲ ਕੀ ਰੌਲਾ ਜੀ? ਸਾਡੇ ਨਾਲ ਇਹ ਰੌਲਾ ਵੀ ਸਾਡੇ ਕੋਲ ਪੈਸੇ ਮੰਗਦੇ ਆ, ਇਹਦੇ ਨਾਲ ਇੱਕ ਲੁਧਿਆਣੇ ਤੋਂ ਬੰਦਾ ਹੈਗਾ ਸੀ, ਇਹਨਾਂ ਨੇ 10 ਕਰੋੜ ਰੁਪਈਆ ਸਾਡੇ ਕੋਲ ਮੰਗਿਆ ਸੀ, ਉਹ ਔਨ ਰਿਕਾਰਡ ਸਾਡੇ ਕੋਲ ਵੀਡੀਓ ਵੀ ਹੈਗੀਆਂ, ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਬਲੈਕਮੇਲ ਕਰਨਾ ਬੰਦ ਕਰ ਦਿਆਂਗੇ, ਸਾਨੂੰ 10 ਕਰੋੜ ਰੁਪਈਆ ਦਵੋ ਔਰ 10 ਕਿੱਲੇ ਜ਼ਮੀਨ ਲੈ ਕੇ ਦਵੋ, ਅਸੀਂ ਗਰੀਬਾਂ ਦਾ ਢਿੱਡ ਪਾਲ ਸਕਦੇ ਹਾਂ, ਵਿਧਵਾਵਾਂ ਭੈਣਾਂ ਨੂੰ ਰਾਸ਼ਨ ਦੇ ਸਕਦੇ ਹਾਂ, ਅਨਾਥ ਬੱਚਿਆਂ ਦੀ ਸੇਵਾ ਕਰ ਸਕਦੇ ਹਾਂ। ਜਿਹੜੇ ਦੇਖੋ ਸਾਡਾ ਸੋਫੀ ਇੰਸਟੀਟਿਊਟ ਹੈਗਾ, ਉਹਦੇ ਵਿੱਚ ISD PCSD ਅਸੀਂ ਟ੍ਰੇਨਿੰਗ ਕਰਾਉਂਦੇ ਬੱਚਿਆਂ ਨੂੰ, ਸਾਡੇ ਜਿਹੜੇ ਫਾਦਰ ਹੈ ਉਹਨਾਂ ਦਾ ਸੁਪਨਾ ਵਾ ਵੀ ਰੇਹੜੀ ਵਾਲਾ ਵਾ, ਕੋਈ ਸਬਜ਼ੀ ਵਾਲਾ ਵਾ, ਰਕਸ਼ੇ ਵਾਲਾ ਵਾ, ਉਹਦਾ ਬੱਚਾ ਵੀ IAS ਕਰੇ, PCS ਕਰੇ, ਆਪਣੇ ਦੇਸ਼ ਦਾ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇ। ਅਸੀਂ ਉਹਨਾਂ ਦੀ ਸੇਵਾ, ਸਮਾਜ ਦੀ ਸੇਵਾ ਕਰ ਸਕਦੇ, ਇਹਨਾਂ ਦੇ ਬਲੈਕਮੇਲਰਾਂ ਨੂੰ ਕੋਈ 1 ਰੁਪਇਆ ਫੁੱਟੀ ਕੋੜੀ ਨਹੀਂ ਅਸੀਂ ਦੇ ਸਕਦੇ। ਜ਼ਿਕਰ ਕੀਤਾ ਐਤਕੀ ਜਦੋਂ ਹੁਣ ਅੰਦਰ ਜਾ ਕੇ ਆਇਓ? ਹਾਂਜੀ ਹਾਂਜੀ, ਅਸੀਂ ਜ਼ਿਕਰ ਕਰਕੇ ਆਏ ਹਾਂ, ਇਹ ਸਬੂਤ ਦੇ ਕੇ ਆਏ ਹਾਂ। ਦੇਖੋ ਇਹਨਾਂ 'ਤੇ ਪਹਿਲਾਂ 2-3 ਪਰਚੇ ਹੋ ਚੁੱਕੇ ਆ, ਪਹਿਲਾਂ ਤਾਂ ਇਹਨਾਂ ਨੇ ਸਿੱਖ ਭਾਈਚਾਰੇ ਬਾਰੇ ਬੋਲਿਆ, ਗੁਰਦੁਆਰਾ ਸਾਹਿਬ ਬਾਰੇ ਬੋਲਿਆ, ਉਹ ਸਿੱਖ ਭਾਈਚਾਰੇ ਨੇ ਪਰਚਾ ਦਰਜ ਕਰਵਾ ਤਾ ਇਹਨਾਂ ਦੇ ਉੱਪਰ, ਫਿਰ ਸਾਡੇ ਇਸਾਈ ਭਾਈਚਾਰੇ ਬਾਰੇ ਬੋਲਿਆ, ਉਹਨਾਂ ਵੱਲੋਂ ਪਰਚਾ ਦਰਜ ਹੋ ਗਿਆ, ਫਿਰ ਹੁਣ ਜਿਹੜਾ ਵਾ ਜ਼ਮਾਨਤ ਇਹਨਾਂ ਨੂੰ ਮਿਲੀ ਸੀ ਕੋਰਟ ਵੱਲੋਂ, ਕੋਰਟ ਨੇ ਕਿਹਾ ਸੀ ਵੀ ਤੂੰ ਕ੍ਰਿਸਚਨ ਭਾਈਚਾਰੇ ਦੇ ਖਿਲਾਫ਼ ਨਹੀਂ ਬੋਲਣਾ, ਤਾਂ ਜ਼ਮਾਨਤ ਦਿੱਤੀ ਸੀ, ਉਹਦੇ ਆਰਡਰ ਵੀ ਸਾਡੇ ਕੋਲ ਪਏ, ਹੁਣ ਅਸੀਂ ਉਹ ਕੋਰਟ 'ਚ ਜਾ ਕੇ, ਮੇਰੇ ਨਾਲ ਵਕੀਲ ਸਾਹਿਬ ਸਾਡੇ ਖੜੇ ਨੇ, ਅਸੀਂ ਉਹ ਇਹਨਾਂ ਦੀ ਉਹ ਲਾ ਕੇ ਕੋਰਟ ਦੇ ਵਿੱਚ ਜ਼ਮਾਨਤ ਵੀ ਕੈਂਸਲ ਕਰਵਾਵਾਂਗੇ, ਔਰ ਇਹਨੂੰ ਜਿਹੜੀ ਇੱਥੇ ਬੰਦੀ ਕਾਨੂੰਨੀ ਕਾਰਵਾਈ ਹੈਗੀ ਆ ਉਹ ਵੀ ਕਰਵਾਵਾਂਗੇ, ਇਹਨਾਂ ਨੂੰ ਹੁਣ ਮਾਫ਼ ਨਹੀਂ ਕੀਤਾ ਜਾਏਗਾ। ਬਿਲਕੁਲ, ਜੇ ਇਹ ਸਭ ਕੁਝ ਨਾ ਹੋਇਆ ਬਾਈ
ਦੇ ਚਾਂਸ ਪ੍ਰਸ਼ਾਸਨ ਵੱਲੋਂ ਵੀ ਢਿੱਲ ਹੋਈ, ਅੱਗੇ ਦਾ ਕੀ ਪ੍ਰੋਗਰਾਮ ਹੋ ਸਕਦਾ? ਦੇਖੋ ਭਾਈ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮਸੀਹ ਭਾਈਚਾਰਾ ਬੜਾ ਐਜੂਕੇਟ ਆ, ਮਸੀਹ ਭਾਈਚਾਰਾ ਜਿਹੜਾ ਇਕਜੁੱਟ ਆ, ਅਸੀਂ ਇਹ ਕਾਰਵਾਈ ਕਰਵਾ ਕਰਵਾਂਗੇ, ਨਹੀਂ ਤਾਂ ਫਿਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। ਤੁਸੀਂ ਇਹ ਦੇਖ ਰਹੇ ਹੋ ਸਾਰੀਆਂ ਸਾਡੀਆਂ ਵੱਖ ਵੱਖ ਜਥੇਬੰਦੀਆਂ ਇੱਥੇ ਆਈਆਂ, ਸਾਡੇ ਹਮੀਦ ਮਸੀਹ ਜੀ ਆਏ ਨੇ, ਸਾਡੇ ਬੰਟੀ ਅਜਨਾਲਾ ਜੀ ਆਏ ਨੇ, ਲੂਕਸ ਮਸੀਹ ਜੀ ਆਏ ਨੇ, ਆ ਸਾਡੇ ਬਠਿੰਡੇ ਤੋਂ ਟੀਮ ਆਈ ਆ, ਫਿਰੋਜ਼ਪੁਰ ਤੋਂ ਆਈ ਆ, ਅੰਮ੍ਰਿਤਸਰ ਤੋਂ ਆਈ ਆ, ਜਲੰਧਰ ਦੇ ਲੋਕਲ ਸਾਡੇ ਭਰਾ ਸਾਰੇ ਸਾਡੇ ਨਾਲ ਖੜ੍ਹੇ ਨੇ, ਮਾਨਸਾ ਤੋਂ ਵੀ ਆਈ ਆ, ਸੋ ਵੱਖ ਵੱਖ ਜ਼ਿਲ੍ਹਿਆਂ ਤੋਂ ਅੱਜ ਲੋਕ ਆਏ ਨੇ। ਇਹ ਤਾਂ ਸਿਰਫ ਅਸੀਂ ਅੱਜ ਸੀ ਪੀ ਸਾਹਿਬ ਨੂੰ ਇੱਕ ਕੰਪਲੇਂਟ ਦੇ ਕੇ ਜਾ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਜਿੱਦਾਂ 23 ਜ਼ਿਲ੍ਹੇ ਆ, 23 ਜ਼ਿਲ੍ਹਿਆਂ ਦੇ ਵਿੱਚ ਜਿੰਨੇ SSP ਨੇ ਉਹਨਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ, CP ਜਿਹੜੇ ਨੇ ਉਹਨਾਂ ਨੂੰ, ਪੁਲਿਸ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਦਿੱਤੀ ਜਾਊਗੀ ਕੰਪਲੇਂਟ, ਇਹਨਾਂ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਪਰਚੇ ਦਰਜ ਕਰਵਾਏ ਜਾਣਗੇ। ਹੁਣ ਇਹਨਾਂ ਨੂੰ ਨਸ ਪੱਕੇ ਤੌਰ 'ਤੇ ਅਸੀਂ ਪਾਵਾਂਗੇ, ਜਿਹੜੇ ਇੱਦਾਂ ਦੇ ਢੋਂਗੀ ਬਾਬੇ ਨੇ, ਜਿਹਨਾਂ ਨੂੰ ਜਿਹਨਾਂ ਦੇ ਘਰ ਦੇ ਨਹੀਂ ਸਹਾਰਦੇ, ਜਿਹਨਾਂ ਨੂੰ ਕੋਈ ਜਾਣਦਾ ਪਛਾਣ, ਤੁਸੀਂ ਮੈਨੂੰ ਦੱਸ ਦਿਓ ਤੁਸੀਂ ਇਹਨੂੰ ਜਾਣਦੇ, ਅੱਜ ਤੋਂ ਪਹਿਲਾਂ ਕਦੀ ਸੁਣਿਆ ਸੀ ਇਹਦਾ ਨਾਮ, ਪਤਾ ਨਹੀਂ ਕਿੱਥੋਂ, ਕੱਲ੍ਹ ਹੀ ਪੈਦਾ ਹੋਇਆ ਇਹ ਬੰਦਾ ਹੈ, ਔਰ ਅੱਜ ਮਸੀਹ ਭਾਈਚਾਰੇ ਬੋਲਣਾ ਸ਼ੁਰੂ ਕਰਤਾ ਇਹਨੇ ਬਾਰੇ। ਕੱਲ੍ਹ ਨੂੰ ਜੇ ਤੁਰ ਗਿਆ ਬਾਹਰ, ਫਿਰ ਬਾਹਰ ਨਹੀਂ ਤੁਰਨ ਦਿੰਦੇ ਜੀ ਇਹਨੂੰ, ਹੁਣ ਇਹ ਬਾਬੇ ਦਾ ਸ਼ਾਬਾ ਇੱਥੇ ਹੀ ਬਣਾਵਾਂਗੇ। ਅੱਛਾ, ਵਕੀਲ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਵਕੀਲ ਸਾਹਿਬ, ਫਿਲਹਾਲ ਤੁਹਾਡੇ ਸਾਹਮਣੇ ਸਾਰਾ ਐਪੀਸੋਡ ਹੈਗਾ ਆ, ਕਿਸ ਤਰ੍ਹਾਂ ਇਹਨੂੰ ਦੇਖਿਆ, ਕਿਸ ਤਰ੍ਹਾਂ ਸਟੱਡੀ ਕੀਤਾ ਅਤੇ ਆਉਂਦਾ ਹੁਣ ਕੀ ਪ੍ਰੋਗਰਾਮ? ਹੁਣ ਆਪਾਂ ਕੰਪਲੇਂਟ ਮੂਵ ਕੀਤੀ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ, ਉਹਨਾਂ ਨੇ ਇਹ ਅਸ਼ੋਰੈਂਸ ਦਿੱਤੀ ਆ ਕਿ ਇਹਦੀ ਪ੍ਰੋਪਰਲੀ ਇਨਵੈਸਟੀਗੇਸ਼ਨ ਕਰਕੇ ਆਪਾਂ ਇਹਦੇ 'ਤੇ ਐਸ ਸੂਨ ਐਸ ਪੋਸੀਬਲ FIR ਕਰਾਂਗੇ। ਅਗਰ ਨਹੀਂ FIR ਹੁੰਦੀ ਕਿਸੇ ਕਾਰਨ ਵਿੱਚ, ਅਸੀਂ ਉਸ ਦੇ ਨਾਲ ਨਾਲ ਓਨਰੇਬਲ ਪੰਜਾਬ ਬਣਾਉਣਾ ਹਾਈਕੋਰਟ 'ਚ ਰਿਟ ਵੀ ਮੂਵ ਕਰਨ ਜਾ ਰਹੇ ਹਾਂ, ਅਤੇ ਉਸ ਰੇਟ ਦੇ ਵਿੱਚ ਅਸੀਂ ਔਡਰ ਕਰਾਵਾਂਗੇ FIR ਦੇ, ਪਲੱਸ ਇਹਨਾਂ ਦੇ ਜੋ ਜੋ ਹੋਰ ਇਹਨਾਂ ਦੇ ਹੈਗੇ ਆ ਰਾਈਟਸ, ਜਿਵੇਂ ਮਿਨਿਸਟਰੀ ਆਫ ਐਕਸਟਰਨਲ ਅਵੇਅਰ 'ਚ ਵੀ ਆਪਾਂ ਦੇਣ ਜਾ ਰਹੇ ਹਾਂ ਕਿ ਇਹਦਾ ਪਾਸਪੋਰਟ ਕੈਂਸਲ ਕੀਤਾ ਜਾਵੇ, ਇੰਬਾਊਂਡ ਕੀਤਾ ਜਾਵੇ ਅਤੇ ਇਹਨੂੰ ਬਾਹਰ ਨਾ ਜਾਣ ਦਿੱਤਾ ਜਾਵੇ। ਅੱਛਾ, ਇਸ ਤੋਂ ਇਲਾਵਾ ਵਿਨੀਤ ਕੌਰ ਦਾ ਵੀ ਐਪੀਸੋਡ ਵਿੱਚ ਹੈਗਾ, ਮੈਂ ਜਾਣਨਾ ਚਾਹੁੰਦਾ ਪਹਿਲਾਂ ਵੀ ਉਹਨਾਂ ਦੇ ਖਿਲਾਫ FIR ਹੈਗੀਆਂ ਨੇ, ਔਰ ਤੁਸੀਂ ਉਸਨੂੰ ਕਿਸ ਤਰ੍ਹਾਂ ਡੀਲ ਕਰ? ਵਿਨੀਤ ਕੌਰ 'ਤੇ ਜਿਹੜੀ FIR ਹੋਈ, ਵਿਨੀਤ ਕੌਰ ਨੂੰ ਓਨਰੇਬਲ ਹਾਈਕੋਰਟ ਨੇ ਇਸ ਕੰਡੀਸ਼ਨ 'ਤੇ ਬੇਲ ਦਿੱਤੀ ਸੀ ਕਿ ਤੂੰ ਅੱਗੇ ਤੋਂ ਕਦੀ ਵੀ ਕਿਸੇ ਧਰਮ ਜਾਂ ਮਸੀਹ ਭਾਈਚਾਰੇ ਬਾਰੇ ਕੋਈ ਵੀ ਇਸ ਤਰ੍ਹਾਂ ਦੀ ਟਿੱਪਣੀ ਜਾਂ ਪਰਸਨਲ ਕਮੈਂਟਸ ਨਹੀਂ ਕਰਨੇ, ਅਤੇ ਉਹਨਾਂ ਨੂੰ ਸਪੈਸੀਫਿਕਲੀ ਕਿਹਾ ਗਿਆ ਕਿ ਤੁਸੀਂ ਕਿਸੇ ਬਾਰੇ ਪਰਸਨਲ ਕਮੈਂਟ ਨਹੀਂ ਕਰਨੇ, ਨਾ ਹੀ ਕ੍ਰਿਸ਼ਨ ਭਾਈਚਾਰੇ ਬਾਰੇ ਕਰਨੇ। ਉਹ ਔਰਡਰ ਅਸੀਂ ਦੇ ਦਿੱਤਾ, ਅੰਦਰ ਕੁਸ਼ਲ ਸਾਹਿਬ ਨੂੰ ਦੇ ਦਿੱਤਾ, ਉਸ ਔਰਡਰ ਦੇ ਅਗੇਂਸਟ ਅਸੀਂ ਕੈਂਸਲੇਸ਼ਨ ਆਫ ਇਹਨਾਂ ਦੀ ਬੇਲ ਵੀ ਲਗਾਉਣ ਜਾ ਰਹੇ ਹਾਂ ਓਨਰੇਬਲ ਹਾਈਕੋਰਟ 'ਚ। ਪਲੱਸ ਇਸ ਦੇ ਨਾਲ ਜਿਹੜੇ ਚੈਨਲ ਆ, ਜਿਸ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਨੇ ਸਾਰੀ ਵੀਡੀਓ ਕੀਤੀ, ਉਹ ਵੀ ਬ੍ਰੌਡਕਾਸਟਿੰਗ ਮਿਨਿਸਟਰੀ ਨੂੰ ਅਸੀਂ ਪਾਰਟੀ ਬਣਾ ਕੇ ਉਸ ਚੈਨਲ ਦਾ ਲਾਇਸੈਂਸ ਕੈਂਸਲ ਕਰਨ ਲਈ ਵੀ ਜਾ ਰਹੇ ਹਾਂ। ਅੱਛਾ, ਆਉਂਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਹੁਣੇ ਡਿਸਕਸ ਕੀਤਾ ਕਿ ਜੇ ਕਿਤੇ ਲੈਕ ਆਫ ਅਬਿਲਿਟੀ ਹੋਈ ਕਿਤੇ ਵੀ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ, ਫਿਰ ਕਿਸ ਤਰ੍ਹਾਂ ਦਾ ਪ੍ਰੋਟੋਕਾਲ ਹੋਊਗਾ? ਫਿਰ ਇੱਕ ਤਾਂ ਜਿਹੜਾ ਕ੍ਰਿਸ਼ਚਨ ਸਮਾਜ ਆ, ਜੋ ਕਿ ਪ੍ਰਧਾਨ ਜੀ ਨੇ ਪਹਿਲਾਂ ਹੀ ਦੱਸਿਆ ਕਿ ਉਹ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਰੋਡ ਪ੍ਰਦਰਸ਼ਨ, ਸੜਕ ਪ੍ਰਦਰਸ਼ਨ ਕਰਾਂਗੇ, ਵੱਡੀ ਮਾਤਰਾ 'ਚ ਕ੍ਰਿਸ਼ਚਨ ਭਾਈਚਾਰਾ ਆਏਗਾ, ਪਲੱਸ ਉਸ ਦੇ ਨਾਲ ਨਾਲ ਆਪਾਂ ਕੋਰਟ ਦੀ ਮਦਦ ਦੇ ਨਾਲ ਜੋ ਵੀ ਇਹਨਾਂ 'ਤੇ ਲੀਗਲ ਸਟ੍ਰਿਕਟ ਐਕਸ਼ਨ ਹੋਏਗਾ, ਜੋ ਵੀ ਸਾਡੇ ਕੋਲ ਲੀਗਲ ਰੈਮਡੀ ਹੋਏਗੀ, ਉਹ ਅਵੇਲ ਕਰਾਂਗੇ। ਬਿਲਕੁਲ, ਇਹ ਸਾਰੇ ਮਸਲੇ ਜਿਨ੍ਹਾਂ ਮਸਲਿਆਂ ਨੂੰ ਆਧਾਰ ਬਣਾ ਕੇ ਫਿਲਹਾਲ ਜਿਹੜਾ ਕ੍ਰਿਸ਼ਚਨ ਸਮਾਜ ਆ ਉਹ ਪੰਜਾਬ ਭਰ 'ਚੋਂ ਜਲੰਧਰ ਇਕੱਠਾ ਹੋਇਆ, ਔਰ ਇਕੱਠੇ ਹੋ ਕੇ ਤਾਂ ਇੱਥੇ ਅਗਾਂਹ ਪ੍ਰੋਗਰਾਮ ਤੈਅ ਕੀਤਾ ਗਿਆ ਆ, ਸ਼ਿਕਾਇਤ ਕਰ ਦਿੱਤੀ ਗਈ ਹੈ, ਕੀ ਕੁਝ ਲੈ ਕੇ ਆਉਂਦਾ ਸਮਾਂ ਦੱਸਦੇ ਰਹਾਂਗੇ, ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।